ਮੀਟਿੰਗ ਰੱਖੀ ਸੀ ਤੇ ਕਿੱਥੋਂ ਕਿੱਥੋਂ ਆਏ ਸੀ ਤੇ ਕਿੰਨੇ ਐਮਐਲਏ ਅੱਜ ਇੱਥੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿਹੜੀ ਹੈ ਉਹਦੇ ਲੜਨ ਬਾਰੇ ਵਿਚਾਰ ਕਰਨ ਤੇ ਬੁਲਾਏ ਗਏ ਸਾਰੇ ਜ਼ਿਲ੍ਹਾ ਪ੍ਰਧਾਨ ਸਾਰੇ ਜਿਹੜੇ ਜ਼ੋਨਲ ਪ੍ਰਧਾਨ ਜ਼ੋਨਾਂ ਦੇ ਅਤੇ ਇਸ ਤੋਂ ਇਲਾਵਾ ਸਾਰੇ ਵਿੰਗਾਂ ਦੇ ਜਿਹੜੇ ਹੈੱਡ ਨੇ ਅਤੇ ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਦਰਜਾ ਬਦਰਜਾ ਅਹੁਦੇਦਾਰ ਸਾਹਿਬਾਨ ਆਏ MLAs ਵੀ ਆਪਣੇ ਖਾਸ ਤੌਰ 'ਤੇ ਜਿਵੇਂ ਕੁਲਵੰਤ ਪੰਡੋਰੀ ਜੀ, ਮੀਤਹੇਰ ਜੀ, ਮੈਡਮ ਸਰਬਜੀਤ ਕੌਰ ਮਾਨੂੰਕੇ, ਕੁਲਤਾਰ ਸੰਧਵਾਂ ਜੀ, ਰੁਪਿੰਦਰ ਰੂਬੀ ਜੀ ਅਤੇ ਨਾਲ ਸਾਡੇ LOP ਸਾਹਿਬ ਚੀਮਾ ਸਾਹਿਬ ਅਤੇ ਬਾਕੀ ਜਿਹੜੇ ਨੇ ਉਹ ਕਿਉਂਕਿ ਸਾਡੀ ਅੱਜ ਰੈਲੀ ਹੈ ਮੌੜ, ਉਹਦੀ ਤਿਆਰੀਆਂ 'ਚ ਨੇ ਬਲਜਿੰਦਰ ਕੌਰ, ਬੁੱਧਰਾਮ ਜੀ, ਸੋ ਲਗਭਗ ਸਾਰਿਆਂ ਨੇ ਇਹ ਫੈਸਲਾ ਕੀਤਾ ਸਹਿਮਤੀ ਨਾਲ ਕਿ ਪਾਰਟੀ ਚੋਣ ਨਿਸ਼ਾਨ 'ਤੇ ਪਾਰਟੀ ਨੂੰ ਲੜਨਾ ਚਾਹੀਦਾ। ਪੋਲੀਟੀਕਲ ਪਾਰਟੀਆਂ ਅਸੀਂ ਕਿਸੇ ਚੋਣ ਤੋਂ ਭੱਜ ਨਹੀਂ ਸਕਦੇ ਅਤੇ ਲੜਾਂਗੇ, ਔਰ 10 ਰੈਲੀਆਂ ਜਿਹੜੀਆਂ ਸਤੰਬਰ 'ਚ ਸਾਰੇ ਸਤੰਬਰ 'ਚ ਅੱਜ ਤੋਂ ਸ਼ੁਰੂ ਨੇ ਉਹ ਵੀ ਕਰਾਂਗੇ, ਔਰ ਜਿੱਥੇ ਜਿੱਥੇ ਸਾਨੂੰ ਅਸੀਂ ਜ਼ਿਲ੍ਹਾ ਪ੍ਰਧਾਨਾਂ ਨੂੰ ਅਤੇ ਹਲਕਾ ਪ੍ਰਧਾਨ ਨੇ ਜਿਹੜੇ ਉਹਨਾਂ ਨੂੰ ਇਹ ਅਧਿਕਾਰ ਦੇ ਤੇ ਕਿ ਉਹ ਕੈਂਡੀਡੇਟ ਆਪਣੇ ਵਧੀਆ ਕੈਂਡੀਡੇਟਾਂ ਦਾ ਜਿਹੜੇ ਲਿਸਟ ਬਣਾ ਕੇ ਸਾਨੂੰ ਦੇਣ ਤਾਂ ਕਿ ਉਹਨਾਂ ਦਾ ਜਿਹੜਾ ਫਾਰਮ ਏ ਅਤੇ ਫਾਰਮ ਬੀ ਜਿਹਨੂੰ ਪ੍ਰੋਟੈਕਟ ਕਹਿੰਦੇ ਆ ਉਹ ਬਣ ਕੇ ਆ ਸਕੇ। ਹੋਰ ਕਿਸ ਤਰ੍ਹਾਂ ਦੀ ਡਿਸਕਸ਼ਨ ਜਿਹੜੀ ਮੇਨ ਮੁੱਦੇ ਤੇ ਕੀਤੀ ਗਈ ਹੈ? ਮੇਨ ਤਾਂ ਕਿਉਂਕਿ ਏਸੀ ਬਲਾਕ ਸੰਮਤੀ ਤੀ ਇਮੀਡੀਏਟਲੀ ਸੀ ਅਤੇ ਬਾਕੀ ਫੂਲਕਾ ਜੀ ਵਾਲੇ ਮੁੱਦੇ 'ਤੇ ਵੀ ਡਿਸਕਸ਼ਨ ਹੋਇਆ ਸੀ, ਸਾਰੇ ਇਸ ਗੱਲ 'ਤੇ ਸਹਿਮਤ ਨੇ ਕਿ ਫੂਲਕਾ ਜੀ ਨੂੰ ਆਪਾਂ ਮਨਾਈਏ ਜਾ ਕੇ ਕਿ ਆਪਾਂ ਹੋਰ ਮੰਚ ਹੈਗੇ ਨੇ, ਹੋਰ ਤਰ੍ਹਾਂ ਦੇ ਲੜਾਈ ਲੜਾਂਗੇ, ਧਰਨੇ ਦੇਣੇ ਪੈਣ, ਭਾਵੇਂ ਭੁੱਖ ਹੜਤਾਲਾਂ ਕਰਨੀਆਂ ਪੈਣ, ਭਾਵੇਂ ਕੋਈ ਘਰੋ ਕਰਨੇ ਪੈਣ, ਮਰਨ ਵਰਤ ਰੱਖਣੇ ਪੈਣ, ਕੋਈ ਐਸੀ ਗੱਲ ਨਹੀਂ ਕਰਾਂਗੇ, ਪਰ ਆਪਾਂ ਮੰਚ ਜਿਹੜਾ ਆਪਾਂ ਨੂੰ ਲੋਕਾਂ ਨੇ ਉਮੀਦਾਂ ਨਾਲ ਜਿਹੜਾ ਦਿੱਤਾ ਉਹ ਮੰਚ ਨੂੰ ਆਪਾਂ ਨੂੰ ਇਸ ਉਹਨਾਂ ਦਾ ਮੁੱਦਾ ਬਿਲਕੁਲ ਸਹੀ ਹੈ ਕਿ ਸਰਕਾਰ ਨੂੰ ਦੇਰੀ ਨਹੀਂ ਕਰਨੀ ਚਾਹੀਦੀ, ਪਰ ਅਸੀਂ ਉਹਨਾਂ ਨਾਲ ਗੱਲ ਕਰਕੇ ਫਿਰ ਮਿਲਾਂਗੇ ਉਹਨਾਂ। ਸਰ, ਅਕਾਲੀ ਦਲ ਨੇ ਜਿਸ ਤਰ੍ਹਾਂ ਕੱਲ੍ਹ ਪ੍ਰੋਟੈਸਟ ਕੀਤਾ ਗਾ, ਕਿਸ ਤਰ੍ਹਾਂ ਦੇਖਦੇ ਹੋ? ਅਕਾਲੀ ਦਲ ਪ੍ਰੋਟੈਸਟ ਕਰਦਾ ਮੇਰੇ ਖਿਆਲ 'ਚ ਚੰਗਾ ਨਹੀਂ ਲੱਗਦਾ, ਕਿਉਂਕਿ ਇਹ ਗੱਲ ਹੁਣ ਜੱਗ ਜ਼ਾਹਰ ਹੋ ਚੁੱਕੀ ਹੈ, ਇਹ ਗੱਲ ਜਿਹੜੀ ਬਾਹਰ ਆ ਚੁੱਕੀ ਹੈ, ਬੱਚੇ ਬੱਚੇ ਨੂੰ ਪਤਾ ਲੱਗ ਗਿਆ ਕਿ ਕਿਵੇਂ ਸਿਆਸਤਾਂ ਕਰਕੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਹੈ। ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਭਾਈ ਤੁਸੀਂ ਹੁਣ ਇਹ ਜਿਹੜਾ ਉਲਟਾ ਚੋਰ ਕੋਤਵਾਲ ਕੋ ਡਾਂਟੇ ਵਾਲੀ ਗੱਲ ਹੈ, ਇਹ ਇਸ ਤਰ੍ਹਾਂ ਹੁਣ ਤੁਹਾਡਾ ਜਿਹੜੀ ਖੁਸ਼ੀ ਹੋਈ ਜ਼ਮੀਨ ਹੈ ਵਾਪਸ ਨਹੀਂ ਆਊਗੀ, ਲੋਕਾਂ ਦੇ ਦਿਲਾਂ 'ਚੋਂ ਅਕਾਲੀ ਦਲ ਨਿਕਲ ਚੁੱਕਿਆ। ਚਲੋ ਇਹ ਉਹਨਾਂ ਦੇ ਵਿਚਾਰ ਨੇ ਜੀ, ਇਹਦੇ ਬਾਰੇ ਤਾਂ ਕੁਛ ਨਹੀਂ, ਕਿਉਂ ਨਹੀਂ ਹੁੰਦਾ ਜੀ? 22 ਸਾਲ ਦਾ ਮੁੰਡਾ ਇੱਕ ਇੱਥੇ ਆਇਆ ਹੋਣਾ, 22 ਸਾਲ ਦਾ ਮੁੰਡਾ, ਢਿੱਲਵਾਂ ਪਿੰਡ ਤੋਂ ਹੈਗਾ, ਸਾਰਾ ਪਿੰਡ ਉਹਨੂੰ ਸਰਪੰਚ ਬਣਾਉਣ ਨੂੰ ਤਿਆਰ ਹੈ 22 ਸਾਲ ਦਾ। ਸੋ ਇੱਥੋਂ ਇਹ ਬੇਸ ਹੈ ਜੀ ਡੈਮੋਕ੍ਰੇਸੀ ਦਾ, ਸਰਪੰਚੀ ਇੱਥੋਂ ਹੀ ਤਾਂ ਸ਼ੁਰੂ ਹੁੰਦੇ ਆ ਸਾਡੀ ਡੈਮੋਕ੍ਰੇਸੀ, ਫਿਰ ਇਹ ਥੋੜ੍ਹੀ ਹੁੰਦਾ ਕਿ ਸਰਪੰਚਾਂ ਦੇ ਪੱਲੇ ਕੱਖ ਨਹੀਂ ਹੁੰਦਾ, ਫਿਰ MLA ਦੇ ਪੱਲੇ ਕੀ ਹੁੰਦਾ? ਫਿਰ ਤਾਂ ਲੜਨੋਂ ਹਟ ਜੀ ਅਸੀਂ, MLA ਕੋਲ ਫੰਡ ਨਹੀਂ ਹੈਗਾ ਪੰਜਾਬ 'ਚ, ਜ਼ੀਰੋ ਹੈ, ਫਿਰ MLA ਕੋਲ ਲੜਦੇ ਹੋ, ਫਿਰ ਪੱਲੇ ਤਾਂ ਕੁਛ ਹੁੰਦਾ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀਗਾ ਜੀ ਵੀ ਗੋਲੀ ਚਲਾਉਣ ਦਾ ਹੁਕਮ ਉਹਨਾਂ ਨੇ, ਤੇ ਫਿਰ ਉਹ ਕਿੱਥੋਂ ਆਇਆ? ਪਾਕਿਸਤਾਨ ਤੋਂ ਆਇਆ ਹੁਕਮ, ਉਹ ਹੈੱਡ ਤਾਂ ਉਹਨੇ ਸਟੇਟ ਦੇ, ਹੋਮ ਮਿਨਿਸਟਰ ਉਹਨਾਂ ਦਾ ਬੇਟਾ ਹੈ। ਇਹ ਪਿਛਲੀ ਉਮਰੇ ਉਹ ਕਹਿੰਦੇ ਸ਼ਾਹ ਮੁਹੰਮਦ ਦਾ ਦੁਨੀਆ 'ਚ ਕੌਣ ਐਸਾ ਜਿਹਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ? ਇਹ ਇਹਨਾਂ ਦੇ ਇੱਥੇ ਨਰਕ ਸੁਰਗ ਨੇ, ਇਹ ਪਾਪ ਜਿਹੜੇ ਕੀਤੇ ਨੇ ਉਹਨਾਂ ਦੇ ਫਲ ਭੁਗਤ ਕੇ ਜਾਣਗੇ। SGPC ਪ੍ਰਧਾਨ ਜਿਹੜੇ ਮੱਕੜ ਜੀ ਨੇ, ਉਹਨਾਂ ਨੇ ਵੀ ਕਿਹਾ ਹੈਗਾ ਵੀ ਉੱਥੇ ਕੁਝ ਜਾਣਨਾ ਨਹੀਂ ਚਾਹੀਦਾ ਸੀ, ਸੈਸ਼ਨ ਦੇ ਵਿੱਚੋਂ ਵਿਰੋਧ ਕੀਤਾ ਗਾ ਅਕਾਲੀ ਦਲ ਦਾ, ਕਿਸ ਤਰ੍ਹਾਂ ਦੇਖਦੇ ਵੀ ਫੁਆੜ ਵਾਲੀ ਸਥਿਤੀ ਹੈ? ਨਹੀਂ ਦੇਖੋ, ਗੱਲ ਇਹ ਹੈ ਵਿਰੋਧ ਜੇ ਤੁਸੀਂ ਵਿਰੋਧ ਕਰਨਾ ਹੈ। ਦੇਖੋ ਜੀ, ਮੈਨੂੰ ਤਾਂ ਇਹ ਲੱਗਦਾ ਵੀ ਹਰੇਕ ਪੰਜਾਬੀ ਦੀ, ਪੰਜਾਬ ਦਾ ਔਰ ਦੇਸ਼ ਦਾ ਭਲਾ ਚਾਹੁਣ ਵਾਲੇ ਦੀ ਇਹੀ ਸੋਚ ਆ ਵੀ ਆਮ ਆਦਮੀ ਪਾਰਟੀ ਇਕੱਠੀ ਹੋਵੇ, ਕਿਉਂਕਿ ਅੱਜ ਆਮ ਆਦਮੀ ਪਾਰਟੀ ਕਰਕੇ ਹੀ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜਸਟਿਸ ਰਣਜੀਤ ਸਿੰਘ ਰਿਪੋਰਟ ਜਿਹੜੀ ਉਹਨਾਂ ਦੀ ਕਮਿਸ਼ਨ ਦੀ ਰਿਪੋਰਟ ਆ ਉਹ ਪੇਸ਼ ਕਰਨੀ ਪਈ। ਨਹੀਂ ਤਾਂ ਰਲੇ ਹੋਏ ਸੀ, ਨੂਰਾ ਕੁਸ਼ਤੀ ਖੇਡਦੇ ਸੀ, ਉਹ ਮੂੰਹ ਤੋਂ ਉਹਨਾਂ ਨੂੰ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਂਦੇ ਸੀ, ਅੰਦਰੋਂ ਇਕੱਠੇ ਸੀ, ਰਿਸ਼ਤੇਦਾਰੀਆਂ ਇਹਨਾਂ ਦੀਆਂ ਪਾਈਆਂ ਹੋਈਆਂ ਸੀ।
ਸੋ ਆਮ ਆਦਮੀ ਪਾਰਟੀ ਤਕੜੀ ਹੋਣੀ ਚਾਹੀਦੀ ਆ। ਔਰ ਜੇਕਰ ਜਿਹੜਾ ਖਹਿਰਾ ਸਾਹਿਬ ਵਾਲਾ ਗਰੁੱਪ ਪਿੱਛੇ ਨਹੀਂ ਮੁੜਦਾ ਤਾਂ ਮੈਨੂੰ ਐਂ ਲੱਗਦਾ ਵੀ ਪੰਜਾਬ ਦਾ ਨੁਕਸਾਨ ਹੋਏਗਾ। ਅਤੇ ਫੁਲਕਾ ਜੀ ਨੇ ਜੋ ਡਿਸੀਜਨ ਲਿੱਤਾ ਗਿਆ ਜੇ ਪਰਚਾ ਦਰਜ ਨਹੀਂ ਹੁੰਦਾ ਤਾਂ ਮੈਂ ਰਿਜ਼ਾਈਨ ਕਰ ਦੂੰਗਾ। ਦੇਖੋ ਜੀ, ਅਸੀਂ ਫੁਲਕਾ ਸਾਹਿਬ ਦੀ ਭਾਵਨਾਵਾਂ ਦਾ ਸਤਿਕਾਰ ਕਰਦੇ ਹਾਂ। ਸਾਰੇ ਇਕੱਲੇ ਫੁਲਕਾ ਸਾਹਿਬ ਨਹੀਂ, ਸਾਰੇ ਪੰਜਾਬੀ ਦੇਸ਼ ਦੇ ਵਿੱਚ ਵਸਣ ਵਾਲੇ ਇਨਸਾਨੀਅਤ ਨੂੰ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾਣਦੇ ਨੇ ਲੋਕ, ਚਾਹੇ ਹਿੰਦੂ ਆ, ਮੁਸਲਮਾਨ ਆ, ਸਿੱਖ ਆ, ਈਸਾਈ ਆ, ਸਾਰਿਆਂ ਦੀ ਭਾਵਨਾ ਇਹ ਹੈ ਵੀ ਦੋਸ਼ੀਆਂ 'ਤੇ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਜੀ। ਪਰ ਜੇ ਜਿਸ ਤਰ੍ਹਾਂ ਕਿ ਫੁਲਕਾ ਸਾਹਿਬ ਨੇ ਫੈਸਲਾ ਲਿਆ ਪਰ ਤੁਸੀਂ ਫਿਰ ਵੀ ਉਹ ਜਲਦਬਾਜ਼ੀ ਦਾ ਮੰਨ ਰਹੇ ਹੋ, ਜੇ ਅਗਰ ਪੰਜਾਬ ਦੇ ਸਾਰੀਆਂ ਪਾਰਟੀਆਂ ਦੇ MLA ਇਸ ਤਰ੍ਹਾਂ ਦਬਾਅ ਬਣਾ ਸਕਦੇ ਤਾਂ ਸਹਿਮਤ ਨਹੀਂ ਹੋ ਸਕਦੇ? ਦੇਖੋ ਜੀ, ਉਹ ਦਬਾਅ ਅਸਤੀਫਾ ਦੇਣ ਨਾਲ ਨਹੀਂ ਹੁੰਦਾ ਪੈਂਦਾ ਗੱਲ, ਕਿਉਂਕਿ ਉਹ ਤਾਂ ਚਾਹੁੰਦੇ ਹੀ ਨੇ ਜਿਹੜੇ ਵਿਰੋਧੀ ਨੇ ਉਹ ਅਸਤੀਫਾ ਦੇ ਦੇਣ, ਅਤੇ ਫਿਰ ਉਹਨਾਂ ਵਾਸਤੇ ਖਾਸ ਕਰਕੇ ਆਮ ਆਦਮੀ ਪਾਰਟੀ ਫਿਰ ਉਹਨਾਂ ਵਾਸਤੇ ਮੈਦਾਨ ਖੁੱਲ੍ਹਾ ਹੋ ਜੇ, ਠੀਕ ਹੈ ਜੀ। ਅਤੇ ਲੇਕਿਨ ਅਸੀਂ ਉਹਨਾਂ ਦੀ ਭਾਵਨਾ ਸਤਿਕਾਰ ਕਰਦੇ ਹਾਂ, ਅਸੀਂ ਫੁਲਕਾ ਸਾਹਿਬ ਨੇ ਕੋਈ ਸੋਚ ਸਮਝ ਕੇ ਕੀਤਾ ਹੋਏਗਾ, ਉਹਨਾਂ ਨਾਲ ਗੱਲ ਕਰਾਂਗੇ ਔਰ ਉਹਨਾਂ ਨੂੰ ਮਨਾਵਾਂਗੇ ਕਿ ਆਪਾਂ ਚੌਂਕਾਂ 'ਚ ਚੱਲੀਏ, ਆਪਾਂ ਸੱਥਾਂ 'ਚ ਚੱਲੀਏ, ਲੋਕਾਂ ਕੋਲ ਜਾਈਏ ਔਰ ਇਸ ਗੱਲ ਦਾ ਦੱਸੀਏ ਕਿ ਇਹ ਨੂਰਾ ਕੁਸ਼ਤੀ ਖੇਡ ਰਹੇ ਆ, ਇਹ ਕਰ ਕੁਛ ਨਹੀਂ ਰਹੇ, ਅਤੇ ਲੋਕ ਪ੍ਰੈਸ਼ਰ ਪਾਉਣ, ਅਤੇ ਜੋ ਸੰਗਤ ਪ੍ਰੈਸ਼ਰ ਪਾਏਗੀ ਕੈਪਟਨ ਅਮਰਿੰਦਰ ਸਿੰਘ ਕੀ ਸਾਰਿਆਂ ਨੂੰ ਕਰਨਾ ਪਏਗਾ। ਅਕਾਲੀ ਦਲ ਦੇ ਵਿੱਚ ਜਿਸ ਤਰ੍ਹਾਂ ਫੇਸਬੁੱਕ 'ਤੇ ਵੀ ਆ ਰਿਹਾ ਪਰਾਲੀ ਨਹੀਂ ਮਿਲ ਰਹੀ ਹੈ, SGPC ਪ੍ਰਧਾਨ ਸਾਬਕਾ ਮੱਕੜ ਨੇ ਵੀ ਕਿਹਾ ਵੀ ਭੱਜਣਾ ਨਹੀਂ ਚਾਹੀਦਾ ਸੀ, ਤੁਸੀਂ ਨਹੀਂ ਸਕਦੇ ਵੀ ਅਕਾਲੀ ਦਲ ਦੇ ਵਿੱਚ ਕਿਸ ਦਾ ਗਤੀਰੋਧ ਪੈਦਾ ਹੋ ਰਿਹਾ ਕਿ 19-20 ਦੀ ਜਿਹੜੀ ਉਹ ਸੀਗੀ ਟਕਸਾਲੀ ਆਗੂ ਉਹਨਾਂ ਨੂੰ ਅੱਗੇ ਲੈ ਕੇ ਆ ਰਹੇ ਨੇ ਉਹ? ਮੈਂ ਤਾਂ ਨਾ ਸ਼ੁਕਰ ਹੈ ਜਿਹੜੇ ਟਕਸਾਲੀ ਜਿਹੜੇ ਸੱਚੀ ਅਕਾਲੀ ਹੈ, ਇਹ ਤਾਂ ਕਾਲੇ ਕਾਰਨਾਮੇ ਵਾਲੇ ਅਕਾਲੀ ਹੈ ਨਾ, ਜਿਹੜੇ ਸੱਚੀ ਅਕਾਲੀ ਉਹਨਾਂ ਦਾ ਪੰਜਾਬ ਦਾ ਭਲਾ ਤਾਂ ਹੀ ਹੋ ਸਕਦਾ ਨਾ ਜੇ ਅਕਾਲੀ ਖੜੇ ਹੋਣ। ਅਕਾਲੀਆਂ ਨੂੰ ਤਾਂ ਮੈਂ ਖੁੰਝੇ ਲਾਤਾ, ਅਤੇ ਪੰਚਾਇਤ 'ਚ ਕੌਣ ਭੱਜਦਾ ਹੁੰਦਾ? ਝੂਠਾ ਬੰਦਾ ਭੱਜਦਾ, ਉਹ ਝੂਠੇ ਸੀ ਤਾਂ ਵਿਧਾਨ ਸਭਾ 'ਚ ਭੱਜੇ ਆ, ਇਹਦੇ ਵਿੱਚ ਹੋਰ ਕੋਈ ਗੱਲ ਨਹੀਂ। ਅਤੇ ਜਿਹੜੇ ਬਾਦਲ ਸਾਹਿਬ ਨੇ ਕਿਹਾ ਵੀ ਇਹ ਚੀਜ਼ ਦਾ ਮੈਂ ਹੁਕਮ ਦਿੱਤਾ ਨਹੀਂ ਹੈਗਾ ਗੋਲੀ ਦਾ, ਮੈਂ ਦੇਖੋ ਜੀ ਪਤਾ ਨਹੀਂ ਕੀ ਗੱਲ ਹੈ, ਲੇਕਿਨ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ, ਮੁੱਖ ਮੰਤਰੀ ਦੀ ਹੁੰਦੀ ਹੈ, DGP ਰਿਪੋਰਟ ਮੁੱਖ ਮੰਤਰੀ ਨੂੰ ਕਰਦਾ ਜਾਂ ਡਿਪਟੀ ਮੁੱਖ ਮੰਤਰੀ ਨੂੰ ਕਰਦਾ, ਚਲੋ ਉਹਦੀ ਤਾਂ ਇਹਨਾਂ ਨੇ ਹੁਕਮ ਨਹੀਂ ਦਿੱਤਾ। ਵਿਧਾਨ ਸਭਾ ਦੇ ਵਿੱਚ ਜਦੋਂ ਮੈਂ ਜਾ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਹ ਕਿਹਾ, ਮੈਂ ਕਿਹਾ ਜੀ ਬਾਦਲ ਸਾਹਿਬ ਆ ਜਿਹੜੀ ਰਿਪੋਰਟ ਦੇ ਪੰਨੇ ਤੁਸੀਂ ਪੈਰਾਂ ਦੇ ਵਿੱਚ ਰੋਲ ਰਹੇ ਹੋ, ਇਹਦੇ ਉੱਤੇ 92 ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਨਾਂ ਲਿਖਿਆ, ਇੱਥੇ ਤਾਂ ਤੁਸੀਂ ਸ਼ਰਿਆਂ ਬੇਅਦਬੀ ਕਰ ਰਹੇ ਹੋ। ਤਾਂ ਮੈਨੂੰ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਕਹਿੰਦੇ ਮਤਲਬ ਬੜਾ ਪਤਾ ਉਹਨਾਂ ਨੇ ਸ਼ਬਦ ਵਰਤਿਆ ਉਹ ਮਤਲਬ ਇੱਕ ਗੁਰੂ ਦਾ ਸਤਿਕਾਰ, ਮੈਂ ਤਾਂ ਉਹਨੂੰ ਯਾਦ ਦਵਾ ਰਿਹਾ ਸੀ, ਮੈਨੂੰ ਐਂ ਸੀ ਸ਼ਾਇਦ ਉਹਨਾਂ ਦੇ ਧਿਆਨ 'ਚ ਨਾ ਹੋਵੇ ਇਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਨਾਂ ਲਿਖਿਆ ਇਹਦੇ 'ਤੇ। ਮੈਨੂੰ ਕਹਿੰਦੇ ਤੁਸੀਂ ਡਰਾਮਾ ਕਰ ਰਹੇ ਹੋ, ਦੇਖੋ ਗੁਰੂ ਦਾ ਸਤਿਕਾਰ ਕਰਨਾ ਡਰਾਮਾ। ਸੋ ਇਹਨਾਂ ਦੀ ਮੱਤ ਮਾਰੀ ਗਈ ਹੈ ਜੀ। ਉਸ 'ਤੇ ਵੀ ਤੁਸੀਂ FIR ਦਰਜ ਕਰਾਓਗੇ ਜੀ? ਉਹ 'ਤੇ ਮੈਂ ਜਿਹੜੀਆਂ ਆਪਣੀਆਂ ਹੈਗੀਆਂ FIR ਸਾਰੇ ਸਾਡੇ ਸਿੱਖ ਕਰਾਉਣਗੇ, ਸਾਡੇ ਜਿਹੜੇ ਇਨਸਾਨੀਅਤ ਸਾਡੇ ਹਿੰਦੂ ਭਰਾ ਵੀ ਕਰਾਉਣਗੇ, ਸਾਰੇ ਕਰਾਉਣਗੇ, ਅੰਮ੍ਰਿਤਧਾਰੀ ਸਿੰਘ ਕਰਾਉਣਗੇ ਔਰ ਮੈਂ ਤਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਆ, ਭਾਵੇਂ ਮੰਡ ਸਾਹਿਬ ਆ, ਭਾਵੇਂ ਜਿਹੜਾ ਵੀ ਜਥੇਦਾਰ ਉਹ 'ਤੇ ਕਾਰਵਾਈ ਕਰਦੇਗਾ ਮੈਂ ਉਹਨੂੰ ਜਥੇਦਾਰ ਮੰਨੇਗਾ, ਮੈਂ ਦੋਨਾਂ ਜਥੇਦਾਰਾਂ ਨੂੰ ਭੇਜੂੰਗਾ ਜੀ। ਠੀਕ ਹੈ। ਪਹਿਲੇ ਦਿਨ ਤੋਂ ਖਹਿਰਾ ਸਾਹਿਬ ਸਾਡੇ ਨਾਲ ਗੁੱਸੇ ਹੋਏ ਆ, ਮੇਰੀ ਤਾਂ ਪਹਿਲੇ ਦਿਨ ਤੋਂ ਕੋਸ਼ਿਸ਼ ਇਹੀ ਆ ਵੀ ਆਪਾਂ ਸਾਰੇ ਜਣੇ ਇੱਕਜੁੱਟ ਕੇ ਇੱਕ ਪਰਿਵਾਰ ਵਾਂਗ ਲੜੀਏ, ਤਾਂ ਕਿ ਜਿਹੜੇ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਅਸੀਂ ਤੁਰੇ ਸੀ ਅਸੀਂ ਉਹਨਾਂ ਮੁੱਦਿਆਂ 'ਤੇ ਪੂਰੇ ਉਤਰੀਏ। ਅੱਜ ਦੀ ਤਰੀਕ ਦੇ ਵਿੱਚ ਸਾਨੂੰ ਲੱਗ ਰਿਹਾ ਵੀ ਇਹ ਅਹੁਦਿਆਂ ਦੀ ਲੜਾਈ ਵੱਲ ਵੱਧਦੀ ਜਾ ਰਹੀ ਹੈ, ਮੁੱਦਿਆਂ ਦੀ ਲੜਾਈ ਵੱਲ ਤਾਂ ਖਤਮ ਹੋ ਰਹੀ ਹੈ। ਵਾਰ ਵਾਰ ਮੇਰੇ ਵੱਲੋਂ ਜਾਂ ਮੇਰੀ 13 ਬੰਦਿਆਂ ਵੱਲੋਂ ਕੋਈ ਇਸ ਤਰ੍ਹਾਂ ਦਾ ਬਿਆਨ ਨਹੀਂ ਆਇਆ ਜਿਹੜਾ ਕਿਸੇ ਦੀ ਸ਼ਾਨ ਦੇ ਖਿਲਾਫ ਹੋਵੇ। ਅਸੀਂ ਨਾ ਹੀ ਇਹ ਚਾਹੁੰਦੇ ਹਾਂ, ਅੱਜ ਵੀ ਖਹਿਰਾ ਸਾਹਿਬ ਸਾਡੇ ਲੀਡਰ ਹੀ ਰਹਿਣਗੇ, ਸਾਡੇ ਅੱਗੇ ਲੱਗ ਕੇ ਤੁਰਨ ਜਾਂ ਸਾਡੇ ਨਾਲ ਤੁਰਨ, ਸਾਨੂੰ ਉਹਨਾਂ ਦੀ ਗਾਈਡੈਂਸ ਦੀ ਤਾਂ ਲੋੜ ਹੈ ਹੀ ਹੈ। ਸੈਸ਼ਨ ਤੋਂ ਪਹਿਲਾਂ ਸਾਡਾ ਉਹਨਾਂ ਦੇ ਘਰ ਜਾਣਾ ਇਸ ਚੀਜ਼ ਦਾ ਇੱਕ ਸਿੰਬਲ ਸੀ। ਇੱਕ ਵਾਰ ਨਹੀਂ, ਸਾਡੇ ਵਿੱਚੋਂ ਅਮਨ ਅਰੋੜਾ 2 ਵਾਰੀ ਜਾ ਚੁੱਕੇ ਆ, ਤਕਰੀਬਨ ਗੱਲ ਹੋਈ ਹੈ, ਉਹਨਾਂ ਦੇ ਨਾਲ ਦੇ MLA ਨਾਲ ਵੀ ਗੱਲ ਹੋ ਰਹੀ ਹੈ ਵੀ ਆਓ ਇਕੱਠੇ ਹੋ ਕੇ ਲੜੀਏ।
ਕਿਉਂਕਿ ਹੁਣ ਜਿਹੜਾ ਮੌਕਾ ਅਸੀਂ ਜੇ MLA ਬਣ ਗਏ 20 MLA ਬਣ ਗਏ ਤੇ ਸਾਡੇ ਪਿੱਛੇ 20,000 ਬੰਦਾ ਐਸਾ ਖੜਾ ਜਿਹੜਾ ਇੱਕ ਆਸ ਲਈ ਬੈਠਾ ਵੀ ਕਦੇ ਅਸੀਂ ਪੰਚ ਬਣਾਂਗੇ ਜਾਂ ਸਰਪੰਚ ਬਣਾਂਗੇ ਜਾਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜਾਂਗੇ ਜਾਂ ਸਾਡੇ ਗਰੀਬ ਘਰਾਂ ਦੇ ਬੱਚਿਆਂ ਨੂੰ ਕੋਈ ਐਸੀ ਥਾਂ ਮਿਲੇਗੀ ਜਿਹੜੀ ਸਾਡਾ ਹੱਕ ਹੈ। ਸਭ ਤੋਂ ਵੱਧ ਇਸ ਧੜੇ ਦੇ ਵਿੱਚ ਮੈਂ ਸਫ਼ਰ ਕੀਤਾ, ਇਹਨਾਂ ਦੀ ਲੜਾਈ ਦੇ ਵਿੱਚ ਸਭ ਤੋਂ ਵੱਧ ਮੈਂ ਭੁਗਤਿਆ। ਮੇਰੇ ਗਲ 'ਚ ਜੁੱਤੀਆਂ ਨਾਲ ਹਾਰ ਪਾ ਕੇ ਇਹਨਾਂ ਨੇ ਉਸ ਤਰ੍ਹਾਂ ਉਸ ਉਹਨੂੰ ਇੰਨਾ ਕੁ ਘੁਮਾਇਆ ਸੰਸਾਰ ਵਰਡ ਦੇ ਵਿੱਚ ਕਿ ਐਵੇਂ ਲੱਗਣ ਲੱਗ ਗਿਆ ਸੀ ਮੇਰੀਆਂ ਕੁੜੀਆਂ, ਮੇਰੀ ਬੱਚੀ ਰਵਿੰਦਰ ਕੌਰ ਰੂਬੀ, ਸਾਡੀ ਬਲਜਿੰਦਰ ਕੌਰ, ਕਿਸੇ ਨੂੰ ਹਨੀਪ੍ਰੀਤ, ਕਿਸੇ ਨੂੰ ਕੁਛ ਗਾਲਾਂ। ਸਭ ਤੋਂ ਵੱਧ ਤਾਂ ਅਸੀਂ ਭੁਗਤਿਆ, ਅਸੀਂ ਬੋਲੀਏ। ਫਿਰ ਦੂਸਰੀ ਗੱਲ ਇੱਕ ਹੋਰ ਹੈ, ਮੇਰੇ ਨਾਲ ਇੰਨਾ ਕੁਛ ਹੋਣ ਦੇ ਬਾਵਜੂਦ ਮੈਂ ਉਹਨਾਂ ਦੇ ਘਰ ਜਾ ਕੇ ਕਹਿ ਰਹੀ ਹਾਂ, ਉਹਨਾਂ ਦਾ OSDC ਦਵਿੰਦਰ ਸਿੰਘ ਬੀਲਾ, ਵੀ ਆਓ ਚਲੋ ਛੱਡੋ ਪਰੇ ਸਾਰਾ ਕੁਛ ਭੁੱਲੋ, ਆਪਾਂ ਅੱਗੇ ਵਧੀਏ। ਖੈਰਾ ਤੁਹਾਡੀ ਗੱਲ ਦਾ ਮੈਂ ਜਵਾਬ ਦਿੰਦੀ ਹਾਂ, ਜੇ ਖੈਰਾ ਸਾਹਿਬ ਕਹਿ ਰਹੇ ਆ ਵੀ ਅਰਵਿੰਦ ਕੇਜਰੀਵਾਲ ਨਾਲ ਮੇਰੀ ਮੀਟਿੰਗ ਹੋ ਸਕਦੀ ਹੈ ਤੇ ਮੈਨੂੰ ਕੁਛ ਵਿਚਲੇ ਬੰਦੇ ਨਹੀਂ ਆਉਣ ਦਿੰਦੇ, ਸਿੱਧਾ ਜਾ ਕੇ ਅਰਵਿੰਦ ਕੇਜਰੀਵਾਲ ਨੂੰ ਮਿਲ ਲੈਣ, ਜਾ ਕੇ ਗੱਲ ਕਰ ਲੈਣ। ਅਰਵਿੰਦ ਕੇਜਰੀਵਾਲ ਤੋਂ ਤਾਂ ਟਾਈਮ ਲੈਣਾ ਹੀ ਔਖਾ ਨਹੀਂ, ਸਵੇਰੇ 10 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਜਦੋਂ ਮਰਜ਼ੀ ਦਿੱਲੀ ਉਹਨਾਂ ਦੇ ਘਰ ਚੱਲ ਜਾਓ, ਟਾਈਮ ਲੈ ਲਿਓ। ਮੇਰੀ ਗੱਲ ਸੁਣੋ ਇੱਕ ਮਿੰਟ, ਵਿਚੋਲਾ ਤਾਂ ਮੈਂ ਤਾਂ ਮਣਾ ਨਾ, ਜੇ ਮੈਨੂੰ ਲੱਗਿਆ ਹੋਵੇ ਵੀ ਅਰਵਿੰਦ ਕੇਜਰੀਵਾਲ ਮਿਲਣਾ ਨਹੀਂ ਚਾਹੁੰਦੇ, ਮੈਂ ਉਹਨਾਂ ਨੂੰ ਮਿਲਾਉਣਾ ਚਾਹੁੰਦੀ ਹਾਂ। ਉਹ ਤਾਂ ਖੁਦ ਕਹਿ ਰਹੇ ਆ ਵੀ ਰਸਤੇ ਖੁੱਲ੍ਹੇ ਆ, ਅਤੇ ਜਿਸ ਦਿਨ ਇੱਥੇ ਸਾਡੇ ਪੰਡੋਰੀ ਦੇ ਫਾਦਰ ਦੇ ਭੋਗ 'ਤੇ ਆਏ ਸੀ ਉਸੇ ਦਿਨ ਹੀ ਜੱਫੀ ਪੈ ਸਕਦੀ ਸੀ, ਖਾਣਾ ਖਾ ਸਕਦੇ ਸੀ ਇਕੱਠੇ ਬੈਠ ਕੇ। ਇੱਕ ਦੋ ਵਾਰੀ ਉਹਨਾਂ ਨੇ ਟਾਈਮ ਦੀ ਗੱਲ ਹੋਈ, ਅਰਵਿੰਦ ਕੇਜਰੀਵਾਲ ਜੀ ਨੇ ਸਪੈਸ਼ਲ ਟਾਈਮ ਦਵਾ ਕੇ ਖਹਿਰਾ ਸਾਹਿਬ ਨੂੰ ਬੁਲਵਾਇਆ, ਠੀਕ ਹੈ। ਐਸਾ ਕੁਛ ਨਹੀਂ ਹੈ ਵੀ ਉਹ ਮਿਲਣਾ ਚਾਹੁੰਦੇ ਆ ਤਾਂ ਕੋਈ ਮਿਲ ਨਹੀਂ ਰਿਹਾ, ਜਿਹੜੇ ਮਰਜ਼ੀ MLA ਨੂੰ ਜਦੋਂ ਮਰਜ਼ੀ ਜਿੱਥੇ ਮਰਜ਼ੀ ਬੁਲਾਉਣ, ਕਹਿ ਦੇਣ ਵੀ ਚਲੋ ਭਾਈ ਮੈਂ ਗੱਲ ਕਰਕੇ ਆਉਣੀ, ਅਸੀਂ ਜਾਣ ਨੂੰ ਤਿਆਰ ਹਾਂ। ਸਾਡੇ ਫੂਲਕਾ ਜੀ ਨੇ ਬਹੁਤ ਕੁਛ ਭੁਗਤਿਆ ਪੰਜਾਬ ਦੇ ਵਿੱਚ, 84 ਵੀ ਭੁਗਤੀ ਆ ਉਹਨਾਂ ਨੇ, ਉਹਨਾਂ ਨੇ ਆ ਬਰਗਾੜੀ ਵੀ ਸੈਂਸਿਟਿਵ ਇਸ਼ੂ ਦੇ ਵਿੱਚ ਦੇਖਿਆ ਵੀ ਹੈ, ਠੀਕ ਹੈ। ਉਹ ਇਮੋਸ਼ਨਲ ਹੋ ਕੇ ਇੱਕ ਐਸਾ ਡਿਸੀਜ਼ਨ ਲੈ ਗਏ ਜਿਹੜਾ ਥੋੜ੍ਹਾ ਜਿਹਾ ਸੋਚ ਲੈਣਾ ਚਾਹੀਦਾ ਸੀ। ਅਸੀਂ ਇਕੱਠੇ ਹੋ ਕੇ ਉਹਨਾਂ ਦੇ ਸੰਘਰਸ਼ ਦੇ ਵਿੱਚ ਸਾਥ ਦੇਵਾਂਗੇ ਅਤੇ ਉਹਨਾਂ ਨੂੰ ਮਨਾਵਾਂਗੇ, ਪੰਜਾਬ ਨੂੰ ਸਾਰਿਆਂ ਦੀ ਲੋੜ ਹੈ। ਨੁਕਸਾਨ ਜ਼ਰੂਰ ਹੋਏਗਾ, ਪਰ ਜਿਸ ਹਿਸਾਬ ਨਾਲ ਉਹ ਰੈਲੀਆਂ ਕਰ ਰਹੇ, ਜੁੜ ਤਾਂ ਆਮ ਆਦਮੀ ਪਾਰਟੀ ਦੇ ਬੰਦੇ ਹੋ ਰਹੇ ਆ, ਜੇ ਇਕੱਠੇ ਹੋ ਕੇ ਇੱਕ ਚੋਣ ਲੜ ਲਈ ਤਾਂ ਜਿੱਤੇ ਪੱਕੇ ਆ, ਕੋਈ ਗੱਲ ਨਹੀਂ। ਸਾਡਾ ਭਰਾ ਸਾਡੇ ਘਰੇ ਮੁੜੇਗਾ, ਕਿਤੇ ਨਹੀਂ ਜਾਏਗਾ।